ਉਧਰ ਚਰਨਜੀਤ ਸਿੰਘ ਚੰਨੀ ਨੇ ਇਸ ਜੋ ਟੌਸ ਕੀਤਾ ਗਿਆ ਉਸ ਤੇ ਜੋ ਵਿਵਾਦ ਹੋਇਆ ਉਸ ਤੇ ਸਫਾਈ ਦਿੱਤੀ ਹੈ। ਜੀ ਮੀਡੀਆ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਖਾਸ ਗੱਲਬਾਤ ਕੀਤੀ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਮਸਲਾ ਹੈਡ ਜਾਂ ਟੇਲ, ਹੁਣ ਵਿਪਕਸ਼ ਵਿਰੋਧੀ ਧਿਰ ਫੇਲ ਕਰਨ ਤੇ ਲੱਗੇ ਹੋਏ ਨੇ। ਮੰਤਰੀ SM ਸਾਡੇ ਨਾਲ ਗੱਲਬਾਤ ਕਰਦੇ ਨੇ। ਚਰਨਜੀਤ ਚੰਨੀ ਜੀ, ਵਿਰੋਧੀ ਧਿਰ ਨੀਅਤ ਤੇ ਤਰੀਕੇ ਤੇ ਦੋਨਾਂ ਤੇ ਇਲਜ਼ਾਮ ਲਗਾ ਰਹੇ ਨੇ ਕਿ ਮੰਤਰੀ ਦਾ ਤਰੀਕਾ ਵੀ ਸਹੀ ਨਹੀਂ ਆ ਔਰ ਜਿਹੜਾ ਤੁਸੀਂ ਕੱਲ ਕੀਤਾ ਹੈਗਾ ਪੋਸਟਿੰਗ ਬੇਮਾਇਨੇ ਨੇ, ਕੋਈ ਸਹੀ ਤਰੀਕਾ ਨਹੀਂ ਹੈਗਾ। ਪਿਛਲੀਆਂ ਸਰਕਾਰ ਦੇ ਵਿੱਚ ਇਹੀ ਪੋਸਟਾਂ ਲੱਖਾਂ ਰੁਪਏ 'ਚ ਵਿਕਦੀਆਂ ਸੀ। ਮੰਤਰੀ ਆਪਣੇ ਤੌਰ 'ਤੇ ਲਿਸਟ ਕੱਢ ਦਿੰਦਾ ਸੀ, ਸਿਫਾਰਸ਼ਾਂ ਅਤੇ ਪੈਸਿਆਂ ਦੇ ਨਾਲ ਕੰਮ ਹੁੰਦਾ ਸੀ। ਲੇਕਿਨ ਮੈਂ, ਕਿਉਂਕਿ ਪਿਛਲੀਆਂ ਰਿਪੋਰਟਾਂ ਇੱਦਾਂ ਦੀਆਂ ਸੀਗੀਆਂ, ਮੈਂ ਇਹ 37 ਪੋਸਟਿੰਗਾਂ ਕਰਨੀਆਂ ਸੀ। 37 ਦੇ 37 ਕੈਂਡੀਡੇਟਾਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛ ਕੇ ਉਹ ਕਿੱਥੇ ਕਿੱਥੇ ਲੱਗਣਾ ਚਾਹੁੰਦੇ ਉੱਥੇ ਉੱਥੇ ਲਾਇਆ। ਦੋ ਬੱਚੇ ਕਹਿੰਦੇ ਜੀ ਅਸੀਂ ਤਾਂ ਇੱਕੋ ਸੀਟ 'ਤੇ ਲੈਣੀ ਹੈ। ਮੈਂ ਕਿਹਾ ਜੀ ਤੁਸੀਂ ਆਪਸ 'ਚ ਫੈਸਲਾ ਕਰ ਲਓ ਕਿੱਥੇ ਲੱਗਣਾ ਚਾਹੁੰਦੇ ਹੋ। ਉਹ ਕਹਿੰਦੇ ਜੀ, ਇੱਕ ਕਹਿੰਦਾ ਜੀ ਮੇਰੇ ਨੰਬਰ ਜ਼ਿਆਦਾ, ਦੂਸਰਾ ਕਹਿੰਦਾ ਜੀ ਮੇਰਾ ਸੀਰੀਅਲ ਨੰਬਰ ਜ਼ਿਆਦਾ। ਅਲਟੀਮੇਟਲੀ ਉਹ ਕਹਿੰਦੇ ਸਾਡੀ ਟੌਸ ਕਰ ਦਿਓ। ਮੈਂ ਉਹਨਾਂ ਦੇ ਕਹਿਣ 'ਤੇ ਟੌਸ ਕਰਕੇ ਇੱਕ ਨੂੰ ਪਟਿਆਲਾ ਦੇ ਤਾ, ਇੱਕ ਨੂੰ ਬਰੇਟਾ। ਸਾਡੀ ਜੇ ਨੀਅਤ ਮਾੜੀ ਹੋਵੇ ਤਾਂ ਅਸੀਂ ਅੰਦਰ ਬੈਠ ਕੇ ਫੈਸਲੇ ਕਰੀਏ। ਅਸੀਂ ਕੈਮਰੇ ਦੇ ਵਿੱਚ ਸਾਰਿਆਂ ਨੂੰ ਪੁੱਛ ਕੇ ਜਿੱਥੇ ਉਹ ਚਾਹੁੰਦੇ ਸੀ, ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਪੜ੍ਹਾਈ ਮੇਰੇ ਮੁਤਾਬਕ, ਪੋਸਟਿੰਗ ਤੁਹਾਡੇ ਮੁਤਾਬਕ, ਤੁਸੀਂ ਜਿੱਥੇ ਚਾਹੁੰਦੇ ਹੋ ਮੈਂ ਤੁਹਾਨੂੰ ਉੱਥੇ ਲਾਵਾਂਗਾ, ਖਾਲੀ ਪੋਸਟਾਂ ਦੇਖ ਲਓ, ਲੇਕਿਨ ਪੜ੍ਹਾਈ ਚੰਗੀ ਕਰਾਉਣੀ ਪਏਗੀ। ਉਹ ਮੇਰੇ ਨਾਲ ਸਹਿਮਤ ਹੋਏ ਔਰ ਸਾਰੇ ਖੁਸ਼ ਗਏ ਹੈ। ਸਾਰਿਆਂ ਨੂੰ ਆਪਣੇ ਮਨਪਸੰਦ ਪੋਸਟਿੰਗ ਮਿਲੀ ਹੈ, ਬਿਨਾਂ ਕਿਸੇ ਸਿਫਾਰਸ਼ ਤੋਂ, ਬਿਨਾਂ ਕਿਸੇ ਦਬਾਅ ਤੋਂ। ਇਹ ਜਿਹੜਾ ਹੈਡ ਜਾਂ ਟੇਲ ਹੈਗਾ, ਇਹ ਹੁਣ ਵਿਰੋਧੀ ਧਿਰ ਬਹੁਤ ਵੱਡਾ ਮੁੱਦਾ ਬਣਾ ਰਿਹਾ, ਕੋਈ ਗੁਨਾਹ ਹੈਗਾ ਕਿ ਜਾਂ ਨੀਅਤ ਸਾਫ਼ ਨਹੀਂ ਲੱਗ ਰਹੀ ਵਿਰੋਧੀ ਧਿਰ ਨੂੰ? ਦੇਖੋ, ਸਾਰਿਆਂ ਦੇ ਸਾਹਮਣੇ ਸਹੀ ਪੋਸਟਿੰਗਾਂ ਮਿਲੀਆਂ, ਜੋ ਲੜਕੇ ਚਾਹੁੰਦੇ ਸੀ ਉਹ ਮਿਲੀਆਂ ਪਿਛਲੀਆਂ ਸਰਕਾਰਾਂ ਵਾਂਗੂ। ਹੁਣ ਜੇ ਤਾਂ ਮੈਂ ਵੀ ਸੁੱਖ ਵਿਲਾਸ ਬਣਾਉਣਾ ਹੋਵੇ, ਫਿਰ ਤਾਂ ਮੈਂ ਪੈਸੇ ਇਕੱਠੇ ਕਰਾਂ, ਅੰਦਰ ਬੈਠ ਕੇ ਪੋਸਟਿੰਗਾਂ ਕਰਕੇ ਕਿਸੇ ਨੂੰ 70 ਕਿਲੋਮੀਟਰ ਭੇਜਾਂ, ਕਿਸੇ ਨੂੰ 200 ਕਿਲੋਮੀਟਰ। ਲੇਕਿਨ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਇਹਦੇ 'ਚ ਕਰਪਸ਼ਨ ਵਾਸਤੇ ਕੋਈ ਜਗ੍ਹਾ ਨਹੀਂ, ਇਹਦੇ 'ਚ ਹੇਰਾਫੇਰੀ ਔਰ ਸਿਫਾਰਸ਼ਾਂ ਵਾਸਤੇ ਕੋਈ ਜਗ੍ਹਾ ਨਹੀਂ। ਜੋ ਜਿੱਥੇ ਚਾਹੁੰਦਾ ਉੱਥੇ ਉਹਨੂੰ ਲਾਵਾਂਗੇ, ਲੇਕਿਨ ਪੜ੍ਹਾਈ ਹੈ ਜਿਹੜੀ ਉਹ ਸਰਕਾਰ ਆਪਣੇ ਮੁਤਾਬਕ ਹਰ ਬੱਚੇ ਨੂੰ ਚੰਗੀ ਕੁਆਲਿਟੀ ਐਜੂਕੇਸ਼ਨ ਦੇਣ ਲਈ ਅਸੀਂ ਵਚਨਬੱਧ ਹੈ, ਉਹੀ ਦਿੱਤੀ ਜਾਏਗੀ। ਉਹਦੇ ਵਾਸਤੇ ਟੀਚਰਾਂ ਨੂੰ ਹਰ ਸੁਵਿਧਾ ਦੇਵਾਂਗੇ, ਲੇਕਿਨ ਪੜ੍ਹਾਈ ਪੂਰੀ ਲਵਾਂਗੇ। ਕਹਿ ਰਹੇ ਨੇ ਵਿਰੋਧੀ ਧਿਰ, ਕਹਿ ਰਹੇ ਕਿ ਚਰਨਜੀਤ ਸਿੰਘ ਚੰਨੀ ਨੇ ਇੱਕ ਟ੍ਰੈਂਡ ਸੈੱਟ ਕਰਤਾ ਕਿ ਸਰਕਾਰਾਂ ਨੂੰ ਟੌਸ ਦੇ ਨਾਲ। ਐਵੇਂ ਨਹੀਂ ਹੈ, ਹਰ ਗੱਲ ਦੇ ਵਿੱਚ ਹਰ ਤਰ੍ਹਾਂ ਦਾ ਫਾਰਮੂਲਾ ਨਹੀਂ ਹੁੰਦਾ। ਇਹਦੇ ਵਿੱਚ ਤਾਂ ਸਿਰਫ ਇਹ ਸੀ ਕਿ 37 ਬੱਚੇ ਸੀਗੇ, 37 ਨੇ ਆਪਣੇ ਆਪਣੀ ਮਰਜ਼ੀ ਦਾ ਲੈ ਲਿਆ। ਦੋ ਕਹਿੰਦੇ ਸਾਡੀ ਮਰਜ਼ੀ ਨਹੀਂ ਹੈ, ਸਾਡੀ ਟੌਸ ਪਾ ਦਿਓ, ਅਸੀਂ ਤਾਂ ਇੱਕ ਦੂਜੇ ਦੇ ਨਾਲ ਐਡਜਸਟ ਹੋ ਜਾਵਾਂਗੇ। ਅਸੀਂ ਉਸ ਤਰ੍ਹਾਂ ਕਰਤਾ, ਇਹ ਕੇਸ ਟੂ ਕੇਸ ਗੱਲ ਹੈ, ਇਹ ਕੋਈ ਪ੍ਰੈਸੀਡੈਂਟ ਸੈੱਟ ਨਹੀਂ ਹੋਇਆ। ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈ, ਮੰਤਰੀ ਦੀ ਡਿਸਕ੍ਰੀਸ਼ਨ ਹੈ, ਉਹਨੂੰ ਜਿੱਥੇ ਮਰਜ਼ੀ ਲਗਾ ਸਕਦਾ। ਲੇਕਿਨ ਇਹ ਮੇਰੀ ਨੇਕ ਨੀਤੀ ਔਰ ਦਿਆਲਤਾ ਹੈ ਕਿ ਜੀ ਸਰਕਾਰ ਦਾ ਇਹ ਸਾਡਾ ਅਸੂਲ ਹੈ ਕਿ ਅਸੀਂ ਹਰ ਬੰਦੇ ਨੂੰ ਸਹੀ ਕੰਫਰਟ ਜ਼ੋਨ ਦਈਏ।